मोगा के सिविल हॉस्पिटल में एक महिला मरीज के साथ आए परिजनों ने डॉक्टर को गोली से मारने की धमकी दी है। डॉक्टर ने मामले की शिकायत पुलिस अधिकारियों से की है। पुलिस इस पूरे मामले की जांच पड़ताल कर रही है। बता दें कि मोगा के जिला स्तरीय सिविल हॉस्पिटल की इमरजेंसी वार्ड में ड्यूटी पर तैनात डॉक्टर कुलदीप को एक महिला मरीज के परिजनों ने कथित तौर पर गोली मारने की धमकी दे डाली। वहीं सरकारी हॉस्पिटल के डॉक्टरों ने कहा कि इससे पहले भी इसी परिवार के द्वारा इलाज के दौरान दूसरे डॉक्टरों से भी बहसबाजी की गई थी। मैं ड्यूटी कर रहा था, एक कपल आया तो वो मैनू आके कहते कि मेरी घरवाली ने गोलियां खा दी। मैं कितनी? कहते 4-5 गोलियां खा दी तो शायद एक्सपायर सीगियाँ, तो वो पेन हो रही थी गले च। तो जो मैं उन्होंने चैक कर गया जी, कहते मेरे पेन है। तो मैं अपने स्टाफ को दवाई वास्ते कह के मैं कमरे आके बह गया। मैं क्या यार इन्हों का ना शायद हर बार का ही काम है। एक बार पहला भी आई थी, उदो अपने हाथ की नस कट के आई थी। उदो साढ़े डॉक्टर हरजिंदर सिंह ए एन टी वाले, उन्होंने भी वो घरवाला बहुत बोल के गया बदतमीजी। तो 2 घंटे उन्होंने भी वो ਯਾਨੀ ਕਿ ਕਹਿੰਦਾ ਸੀ ਮੈਂ ਕਰ ਦੂੰ ਉਹ ਕਰ ਦੂੰ, ਮੈਂ ਸ਼ਿਵ ਸੈਨਾ ਦਾ ਪ੍ਰਧਾਨ ਹੈ ਜੋ ਵੀ ਹੈ। ਪਰਸੋਂ ਰਾਤ ਦਾ ਮਸਲਾ ਵਾ ਜੀ, ਅਤੇ ਜਦੋਂ ਇਹ ਇੰਸੀਡੈਂਟ ਹੋਇਆ ਤੁਰੰਤ ਮੈਂ ਉਦੋਂ ਮੌਕੇ 'ਤੇ ਪਹੁੰਚ ਗਿਆ। ਅਤੇ ਨੌਲੇਜ ਹੈ ਸੇਫਟੀ ਵਾਈਸ, ਜਿਹੜਾ ਤੁਹਾਨੂੰ ਦੱਸਿਆ ਜਾਵੇ ਕੈਂਪਸ ਵਿੱਚ ਕੋਈ ਇੰਨਾ ਹਜੇ ਪ੍ਰਬੰਧ ਨਹੀਂ ਹੈ। ਸਿਕਿਉਰਿਟੀ ਹੈ, ਸਭ ਕੁਛ ਹੈ, ਲੇਕਿਨ ਉਹ ਜਿਹੜਾ ਰਾਊਡੀ ਐਲੀਮੈਂਟਸ ਰਾਤ ਨੂੰ ਆਉਂਦੇ ਆ ਲੋਕ, ਉਹਨਾਂ ਕਰਕੇ ਥੋੜ੍ਹਾ ਡਰ ਦਾ ਮਾਹੌਲ ਹੋ ਜਾਂਦਾ ਜੀ। ਇਹ ਪੇਸ਼ੈਂਟ ਕੋਈ ਦਿਵਿਆ ਬਾਂਸਲ ਆਏ ਸੀਗੇ ਆਪਣੇ ਹਸਬੈਂਡ ਦੇ ਨਾਲ, ਉਹਨਾਂ ਦਾ ਨਾਮ ਸੀ ਵਰੁਣ ਬਾਂਸਲ। 7 ਤਰੀਕ ਨੂੰ ਆਏ ਸੀਗੇ ਅਤੇ ਡਾਕਟਰ ਕੁਲਦੀਪ ਔਨ ਡਿਊਟੀ ਐਜ਼ ਐਨ ਐਮਰਜੈਂਸੀ ਮੈਡੀਕਲ ਆਫਿਸਰ ਉਸ ਟਾਈਮ 'ਤੇ ਨਾਲ ਸੀ। ਅਤੇ ਡਾਕਟਰ ਸਾਹਿਬ ਨੇ ਦੇਖਿਆ ਤਾਂ ਉਹਨਾਂ ਨੂੰ ਐਗਜ਼ਾਮਿਨ ਕੀਤਾ ਅਤੇ ਉਹਨਾਂ ਨੂੰ ਲੱਗਿਆ ਕਿ ਸੁਸਾਈਡ ਦੀ ਅਟੈਂਪਟ ਹੈਗੀ ਆ। ਅਤੇ ਜੋ ਸੁਸਾਈਡ ਅਟੈਂਪਟ ਦੇ ਵਿੱਚ ਇਹ ਕੰਪਲਸਰੀ ਹੁੰਦਾ ਕਿ ਪੁਲਿਸ ਨੂੰ ਇਨਫੋਰਮ ਕਰਨਾ ਜ਼ਰੂਰੀ ਹੁੰਦਾ। ਤਾਂ ਡਾਕਟਰ ਸਾਹਿਬ ਨੇ ਇਹ ਗੱਲ ਕੀਤੀ ਕਿ ਅਸੀਂ ਇਸ ਕੇਸ ਨੂੰ ਪੁਲਿਸ ਨੂੰ ਇਨਫੋਰਮ ਕਰਨਾ ਕਿ ਜੋ ਪੁਲਿਸ ਨੇ ਇਨਵੈਸਟੀਗੇਟ ਕਰਨਾ ਪਊਗਾ ਉਹਨਾਂ ਨੂੰ ਕਿ ਇਹ ਕਿਉਂ ਹੋਇਆ ਹੈਗਾ। ਇਹ ਮਾਮਲਾ ਜੀ ਡਾਕਟਰ ਕੁਲਦੀਪ ਸੀਗੇ ਡਿਊਟੀ 'ਤੇ ਤੈਨਾਤ ਸੀ ਸਿਵਲ ਹੋਸਪਿਟਲ ਦੇ ਵਿੱਚ, ਅਤੇ ਇੱਕ ਵਰਨ ਬਾਂਸਲ ਸੀਗੇ, ਉਹਨਾਂ ਦੀ ਜਿਹੜੀ ਵਾਈਫ ਦੀ ਤਬੀਅਤ ਖਰਾਬ ਹੋ ਗਈ ਸੀ, ਉਹ ਉੱਥੇ ਆਪਣੀ ਵਾਈਫ ਨੂੰ ਲੈ ਕੇ ਗਿਆ ਐਡਮਿਟ ਕਰਵਾਉਣ ਵਾਸਤੇ। ਉੱਥੇ ਇਹਨਾਂ ਦੋਵਾਂ ਦਾ ਜਿਹੜੀ ਇਹਨਾਂ ਦੇ ਵਿੱਚ ਬਹਿਸਬਾਜ਼ੀ ਹੋਈ ਆ, ਉਹਦੇ ਰਿਗਾਰਡਿੰਗ ਡਾਕਟਰ ਸਾਹਿਬ ਨੇ ਸਾਨੂੰ ਕੰਪਲੇਂਟ ਦੇ ਦਿੱਤੀ ਸੀਗੀ। ਉਹ ਕੰਪਲੇਂਟ 'ਤੇ ਅਸੀਂ ਕਾਰਵਾਈ ਕਰਦੇ ਹੋਏ ਕੱਲ੍ਹ ਜਿਹੜੇ ਆਈ ਵਿਟਨੈਸ ਸੀ ਮੌਕੇ 'ਤੇ ਉੱਥੇ, ਉਹ 3 ਜਣਿਆਂ ਦੇ ਸਾਡੇ ASI ਹਰਪ੍ਰੀਤ ਸਿੰਘ ਨੂੰ ਅਸੀਂ ਉਹ ਕੰਪਲੇਂਟ ਦੀ ਇਨਕੁਆਇਰੀ ਸੌਂਪੀ ਹੈ।